ਔਰ ਜਿੱਥੇ ਹਰ ਬਾਤ ਚੋਟੀ ਦੀਆਂ ਟੀਮਾਂ ਭਿੜਨਗੀਆਂ ਸੱਦੀਆਂ ਹੋਈਆਂ ਟੀਮਾਂ ਦੇ ਜਿਹੜੇ ਵਹਿਗਦਮੀ ਮੈਚ ਹੋਣਗੇ। ਇੱਧਰ ਪੱਤਣਾ ਦਾ ਕਾਕਾ ਦੋ ਸਕੂਟਰਾਂ ਦਾ ਜੇਤੂ, ਉੱਧਰ ਕਹਿੰਦੇ ਵੀ ਬਿੱਲਾ ਵੇਖੋ ਸਾਹਮਣੇ ਗਗੜੇ ਵਾਲਾ ਬਿੱਲਾ ਯੂਰਪ ਦੇ ਕਬੱਡੀ ਕੱਪਾਂ ਚ, ਜਿੱਥੇ ਕਹਿੰਦੇ ਵੀ ਗੋਰਾ ਬਾਤ ਤਕੜਾ ਖੇਡਿਆ, ਉੱਥੇ ਕਹਿੰਦੇ ਵੀ ਬਿੱਲੇ ਨੇ ਵੀ ਬਾਤ ਚੋਟੀ ਦੀਆਂ ਕਬੱਡੀਆਂ ਪਾਈਆਂ। ਲਓ ਅਗਲੀ ਕਬੱਡੀ ਵੇਖੋ ਸਾਹਮਣੇ, ਰਿੱਕੀ ਨੌਜਵਾਨ, ਇਹ ਆ ਨੌਜਵਾਨ ਰਿੱਕੀ, ਜਿਸ ਨੌਜਵਾਨ ਦੇ ਧਾਵਾ ਜਿਹੜਾ ਮੈਦਾਨ ਦੇ ਵਿੱਚ ਬੋਲਿਆ ਹੋਇਆ ਹੈ। ਇਹ ਹੈ ਕਲਸੀਆਂ ਪਿੰਡ ਦਾ, ਜ਼ਿਲ੍ਹਾ ਲੁਧਿਆਣੇ ਦੀ ਸ਼ਾਨ, ਮੈਦਾਨ ਦੇ ਵਿੱਚ ਅਲਕਾ ਜਿਹਾ ਝੁੱਕਿਆ ਹੋਇਆ ਹੈ। ਸੈਂਪਰੀ ਸਾਹਿਬ ਦਾ ਲਾਡੀ ਬੜਾ ਤਿੱਖਾ ਹੈ, ਬੜਾ ਤਿੱਖਾ ਹੈ, ਬਹੁਤ ਨੌਜਵਾਨਾਂ ਫੜਿਆ ਹੋਇਆ ਪੱਟ, ਬੱਲੇ 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 ਖਿੱਚੋ ਨੌਜਵਾਨਾਂ, ਉਹ ਮਾਰ ਦੋ ਤਾੜੀਆਂ ਲਾਡੀ ਦੇ ਨਾਤਿਆਂ, ਮਾਰ ਦੋ ਤਾੜੀਆਂ ਸਰਪੰਚ ਸਾਹਿਬ। ਇਹ ਸੈਂਪਰੀ ਸਾਹਿਬ ਦਾ ਲਾਡੀ ਹੈ ਜਿਸ ਨੌਜਵਾਨ ਨੇ ਜੱਫਾ ਲਾਇਆ। ਉਧਰ ਭਰਾਂਜੀਆਂ ਵਾਲਾ ਕਾਲਾ ਕਹਿੰਦਾ ਵੀ ਕਈ ਦਿਨ ਦੇ ਬਿਮਾਰੀ ਤੋਂ ਬਾਅਦ ਫਿਰ ਇਹ ਵੀ ਉੱਠਿਆ, ਨੌਜਵਾਨ ਮਾਲਕ ਦੀ ਦੇਰ ਹੋਈ ਹੈ। ਔਰ ਦਿਨ ਅੱਜ ਕਹਿੰਦੇ ਵੀ ਕਬੱਡੀ ਦਾ ਸ਼ੁਭ ਹੈ, ਅੱਜ ਦਿਨ ਕਬੱਡੀ ਦਾ ਸ਼ੁਭ ਹੈ। ਦੋ ਫੋਰ ਟ੍ਰੈਕਟਰ ਬਹੁਤ ਵੱਡੇ ਮਾਣ ਨੇ, ਦੋ ਫੋਰ ਟ੍ਰੈਕਟਰਾਂ ਦੇ ਬਹੁਤ ਵੱਡੇ ਮਾਣ ਜਿਹੜੇ ਅੱਜ ਇਸ ਮੈਦਾਨ ਦੇ ਵਿੱਚ ਦਿੱਲੀ ਆ ਰਹੇ ਹੈ। ਸਾਡੇ ਗਿੱਲ ਦਾ ਬੱਬੂ ਬਹੁਤ ਹੀ ਖੂਬਸੂਰਤ ਅੰਕੜਾ ਆਪਣੀ ਟੀਮ ਦੇ ਸਜੋੜਦਾ ਹੋਇਆ। ਇੱਧਰ ਨੌਜਵਾਨਾਂ ਨਾਲ ਝੋਟ, ਚੱਲ ਝੋਟ ਸਿਆਂ ਪਾ ਫਿਰ ਕਬੱਡੀ। ਅਗਲਾ ਜਿਹੜਾ ਮੈਚ ਹੈ ਧਨੌਰੀ ਏ ਅਤੇ ਕੌਂਕੇ, ਧਨੌਰੀ ਏ ਅਤੇ ਕੌਂਕਿਆਂ ਦੀਆਂ ਟੀਮਾਂ ਦੇ ਦਰਮਿਆਨ ਨੈਕਸਟ ਮੈਚ ਹੈ ਤੇ ਦੋਨੋਂ ਟੀਮਾਂ ਦੇ ਖਿਡਾਰੀ ਜਿਹੜੇ ਨੈਕਸਟ ਮੈਚ ਲਈ ਬਿਲਕੁਲ ਤਿਆਰੀ ਦੇ ਵਿੱਚ ਰਹਿਣਗੇ। ਨੈਕਸਟ ਮੈਚ ਦੀਆਂ ਦੋਨੋਂ ਟੀਮਾਂ ਦੇ ਖਿਡਾਰੀ, ਉਹਨਾਂ ਤੋਂ ਬਾਅਦ ਸਨੈਣ ਹਰਿਆਣਾ ਵਰਸ ਮਨੌਲੀ ਵੀ, ਫਿਰ ਸੁਹਾਣਾ ਵਰਸ ਸਿਰਸਲ, ਅਤੇ ਨਾਲ ਹੀ ਜਿਹੜੀਆਂ ਘਲੋਟੀ ਤੇ ਜੇਤੂ ਟੀਮ ਸੀ ਲਾਸਟ ਮੈਚ ਦੀ, ਉਹਦੇ ਨਾਲ ਮੈਚ ਖੇਡਿਆ ਜਾਣਾ ਤੇ ਮਨਾਣੇ ਦਾ ਮੈਚ ਜਿਹੜਾ ਕਮਾਲ ਦਿਨ ਹੋਵੇਗਾ। ਲਓ ਕਲਸੀਆਂ ਵਾਲਾ ਇੰਦਰਜੀਤ, ਇੱਧਰ ਗਿਆਨੀ ਫੜੀ ਖੁੱਚ, ਫੜਿਆ ਪੱਟ, ਲਓ ਬੱਲੇ ਬੱਲੇ ਹੋ ਗਈ ਮਿੱਤਰ, ਨਹੀਂ ਰੀਸਾਂ ਮਾਵਾਂ ਦੇ ਬਲੀ ਪੁੱਤ ਦੀਆਂ, ਨਹੀਂ ਰੀਸਾਂ ਮਾਵਾਂ ਦੇ ਬਲੀ ਪੁੱਤਾਂ ਦੀਆਂ। ਬਹੁਤ ਹੀ ਜਾਨਦਾਰ ਤਰੀਕੇ ਨਾਲ ਇਸਨੇ ਗਿਆਨੀ ਲਸਾੜੇ ਵਾਲਾ ਬਿਹਤਰੀਨ ਅੰਕੜਾ ਆਪਣੀ ਟੀਮ ਦੇ ਸਜੋੜਦਾ ਹੋਇਆ। 20 ਕਬੱਡੀਆਂ, ਔਰ ਜਿਵੇਂ ਕਹਿੰਦੇ ਵੀ ਸਮਾਂ ਬਹੁਤ ਲੰਮਾ, ਦਿੱਲੀ ਹਾਲੇ ਬਹੁਤ ਦੂਰ ਹੈ, ਦਿੱਲੀ ਹਾਲੇ ਬਹੁਤ ਦੂਰ ਹੈ, ਪਰਮਿੰਦਰ ਸਿਆ ਦਿੱਲੀ ਹਾਲੇ ਦੂਰ ਹੈ, ਫੋਰ ਟ੍ਰੈਕਟਰਾਂ ਤੱਕ ਪੁੱਜਣਾ ਹਾਲੇ ਗੱਲਬਾਤ ਦੂਰ ਦੀ ਹੈ, ਗੱਲਬਾਤ ਦੂਰ ਦੀ ਹੈ। ਲੋਕੀ ਬਹੁਤ ਵੱਡੀ ਗਿਣਤੀ ਦੇ ਵਿੱਚ, ਬਹੁਤ ਵੱਡੀ ਤਦਾਦ ਦੇ ਵਿੱਚ ਪੁੱਜੀ ਹੈ। ਇੱਧਰ ਲਸਾੜੇ ਵਾਲਾ ਨਾਲਾ ਲੁੱਟ ਲਿਆ ਮੇਲਾ, ਨਾ ਮਾਰ ਦਿਓ ਤਾੜੀਆਂ ਸੁਣ ਨੌਜਵਾਨ ਦੇ ਨਾਂ ਤੇ, ਇਹ ਹੈ ਲਸਾੜੀ ਗਿੱਲ ਦੀ ਧਰਤੀ ਦਾ ਲਾਲਾ। ਅਗਲੀ ਟੀਮ ਦੇ ਖਿਡਾਰੀ ਗਰਾਊਂਡ ਦੇ ਬਾਰੇ ਬਸੇ, ਕੌਂਕਿਆਂ ਵਾਲੇ ਗਰਾਊਂਡ ਦੇ ਬਾਰੇ ਬਸੇ, ਕਿਸੇ ਨਾਲ ਕੋਈ ਸਖਤੀ ਹੈ ਸਾਰੀਆਂ ਟੀਮਾਂ ਨਾਲ ਗਰਾਊਂਡ ਦੇ ਬਾਹਰਲੇ ਪਾਸੇ। ਜਿਹੜੀ ਟੀਮ ਦਾ ਖਿਡਾਰੀ ਪਹਿਲਾਂ ਗਰਾਊਂਡ ਚ ਐਂਟਰ ਕਰ ਗਿਆ ਉਹ ਟੀਮ ਦੀ ਪਹਿਲੀ ਰੇਡ ਕੱਟੀ ਜਾਣੀ ਹੈ, ਇਹ ਟੀਮਾਂ ਨੋਟ ਕਰਦੀਆਂ ਜਾਣ। ਬਾਅਦ ਚੋਟੀ ਦਾ ਮੈਚ, ਜਿਸ ਮੈਚ ਦਾ ਆਨੰਦ ਜਿਹੜਾ ਮੈਦਾਨ ਦੇ ਵਿੱਚ ਮਾਣੀ ਜਾ ਰਹੀ ਹੈ। ਇੱਧਰ ਕਹਿੰਦੇ ਵੀ 500 ਰੁਪਿਆ, ਲਓ ਵੈਦਵਾਨ ਪਰਿਵਾਰ ਦੇ ਵੱਲੋਂ 500 ਰੁਪਿਆ, ਕਾਲਾ ਵੈਦਵਾਨ ਬਹਾਦਰ ਸਿੰਘ ਜੀ ਵੈਦਵਾਨ, ਅਤੇ ਨਾਲ ਹੀ ਬਿੰਦਾ ਵੈਦਵਾਨ ਜਿਨ੍ਹਾਂ ਦੇ ਬੇਟੇ ਦੇ ਕਹਿੰਦੇ ਵੀ 17ਵੇਂ ਜਨਮ ਦਿਨ ਦੀਆਂ ਕੁਸ਼ਤੀਆਂ ਜਿਹੜੀਆਂ ਉਹ 15 ਨਵੰਬਰ ਨੂੰ ਇਸੇ ਮੈਦਾਨ ਦੇ ਵਿੱਚ, ਤੇ ਵੱਡੀ ਝੰਡੀ ਦੀ ਜਿਹੜੀ ਕੁਸ਼ਤੀ ਹੈ ਉਹ ਰੂਬਲਜੀਤ ਖੰਨਾ ਅਤੇ ਨਾਲ ਹੀ ਜੱਸੇ ਕਹਿੰਦੇ ਵੀ ਪੱਟੀ ਦੇ ਦਰਮਿਆਨ ਹੋਣੀ ਹੈ, ਅਤੇ ਦੂਜੀ ਜਿਹੜੀ ਝੰਡੀ ਦੀ ਕੁਸ਼ਤੀ ਹੈ ਉਹ ਕੁਸ਼ਤੀ ਜੱਸਾ ਨਾਢਾ ਅਤੇ ਵਿੱਕੀ ਚੰਡੀਗੜ੍ਹ ਦੇ ਦਰਮਿਆਨ ਹੋਵੇਗੀ। ਵਾਹ ਜੀ ਵਾਹ, ਇੱਧਰ ਗੁਰਿੰਦਰ ਬਿੱਲੂ ਸਾਡਾ ਵੀਰੇਟਰੀ ਵਾਲਾ ਪੂਰਾ ਖੁਸ਼ ਹੈ। ਇਹ ਪੁੱਛਦਾ ਜਿਹੜੇ ਦਰਸ਼ਕ ਉਹ ਪਾਸੇ ਖੜੇ ਹੈ, ਬਾਈ ਜੀ ਤੁਹਾਨੂੰ ਸੁਣਦਾ ਸੁਣਦਾ, ਖੁਸ਼ ਹੈ, ਸਾਰੇ ਖੁਸ਼ ਹੈ, ਸਾਰੇ ਖੁਸ਼ ਹੈ, ਕਹਿੰਦੇ ਵੀ ਸੁਣਦਾ ਪੂਰਾ। ਔਰ ਸਾਉਂਡ ਪ੍ਰਮਿੰਦਰ ਸਾਉਂਡ ਪੂਰੀ, ਔਰ 500 ਰੁਪਿਆ ਗੁਰਿੰਦਰ ਬਿੱਲੂ ਸਾਡਾ ਵੀਰੇਟਰੀ ਵਾਲਾ ਬਸ ਰਵਾਨ ਕਰ ਰਹੇ, ਉਹਨਾਂ ਦਾ ਧੰਨਵਾਦ ਹੈ। ਗੁਰਿੰਦਰ ਸਿੰਘ ਜੀ ਬਿੱਲੂ ਇਟਲੀ, 500 ਰੁਪਏ ਦੇ ਬਹੁਤ ਵੱਡੇ ਮਾਣ ਕੀਤੇ, ਉਹਨਾਂ ਦਾ ਫਿਰ ਤੋਂ ਧੰਨਵਾਦ ਹੈ। ਅੱਜ ਟ੍ਰੈਕਟਰ ਕੌਣ ਜਿੱਤੂ, ਲੱਖਾਂ ਵੀ ਸਿਰੇ ਦਾ ਖਿਡਾਰੀ ਹੈ, ਵਸਾੜੇ ਵਾਲਾ ਬੱਬੂ ਵੀ ਸਿਰੇ ਦਾ ਖਿਡਾਰੀ ਹੈ, ਪੱਤਣਾ ਵਾਲੇ ਕਾਕੇ ਨੇ ਵੀ ਦੋ ਜਿਹੜੇ ਸਕੂਟਰ ਤਾਜ਼ੇ ਤਾਜ਼ੇ ਜਿੱਤੇ ਹੋਏ ਹੈ, ਤੇ ਲੱਖੇ ਨੇ ਵੀ ਕਹਿੰਦੇ ਪੰਜਾਬ ਦੇ ਮੇਲਿਆਂ ਚ ਅੱਤ ਕਰਾਈ ਹੋਈ ਹੈ। ਇਹ ਹੈ ਧਰਮ ਕੋਟੀ ਲੱਖਾ, ਤੇ ਉੱਧਰ ਕਹਿੰਦੇ ਮੰਡੀਆਂ ਵਾਲਾ ਗੋਪੀ ਗੁਰਮੀਤ ਦਾ ਵੀਰ ਸਾਹਮਣੇ ਹੈ, ਬੜਾ ਟੈਕਨੀਕਲ ਜਾਫੀ ਹੈ, ਬੜਾ ਟੈਕਨੀਕਲ ਜਾਫੀ ਹੈ, ਤਾਂ ਮਾਰ ਦਿਓ ਤਾੜੀਆਂ। ਇਹ ਹੈ ਗੋਪੀ ਨੌਜਵਾਨ ਨੇ ਮੰਡੀਆਂ ਦੀ ਧਰਤੀ ਦਾ, ਗੁਰਮੀਤ ਮੰਡੀਆਂ ਦਾ ਵੀਰ, ਜਿਸ ਨੌਜਵਾਨ ਨੇ ਬੜਾ ਖੂਬਸੂਰਤ ਜਾਫਾ ਲਾ ਕੇ ਬਹੁਤ ਹੀ ਖੂਬਸੂਰਤ ਅੰਕੜਾ ਆਪਣੀ ਟੀਮ ਦੇ ਸਜੋੜ ਦਿੱਤਾ ਹੈ। ਉੱਧਰ ਪੱਤੜਾਂ ਵਾਲਾ ਕਾਕਾ ਗੁੰਦਵੇਂ ਜਿਹੇ ਸਰੀਰ ਦਾ ਮਾਲਕ ਹੈ, ਉੱਧਰ ਪਰਮਿੰਦਰ ਸਾਡਾ ਵੀਰ ਜੰਡ ਪਰੀਆ ਚੇਅਰਮੈਨ ਆਲ, ਜਿਵੇਂ ਕਹਿੰਦੇ ਵੀ ਆਲ ਕਾਲਜ ਦੇ, ਆਲ ਕਾਲਜ ਦੇ ਜਿਹੜੇ ਚੇਅਰਮੈਨ ਦੇ ਮਾਨਮਨ ਦੇ ਆਸਰ ਹੋਏ ਹੈ। ਉੱਧਰ ਰਾਜਾ ਵੇਖੋ, ਇਹ ਹੈ ਕਲਸੀਆਂ ਵਾਲਾ ਰਾਜਾ, ਖੁੱਚ ਪੱਟਣ ਦੇ ਵਿੱਚ ਮਾਰ ਹੈ, ਲਓ ਕਲਸੀਆਂ ਵਾਲਾ ਰਾਜਾ ਐਨ ਕਲਾਵਾ ਭਰਿਆ ਹੋਇਆ, ਤੇ ਤਾੜੀਆਂ ਮਾਰ ਦਿਓ ਉਸ ਨੌਜਵਾਨ ਦੇ ਨਾਂ ਦੀਆਂ ਵੀ। ਬਾਅਦ ਚੋਟੀ ਦਾ ਮੈਚ ਹੈ, ਉੱਧਰ ਵੀ ਜੱਫਾ ਲੱਗਦਾ ਹੈ ਤੇ ਇੱਧਰ ਵੀ ਜੱਫਾ ਲੱਗਦਾ ਹੈ, ਔਰ ਜੱਫੇ ਬਾਤ ਕਰਾ ਰਹੇ ਹੈ
ਜਫੇਬਾਤ ਕਰਾ ਰਹੇ ਜਿਹੜੇ ਦੋਨੋਂ ਪਾਸੇ ਲੱਗ ਰਹੇ ਹੈ। ਉਧਰ ਕਲਸੀਆਂ ਵਾਲੇ ਰਿੱਕੀ ਨੇ ਮੈਦਾਨ ਦੇ ਵਿੱਚ ਫਿਰ ਜਿਹੜਾ ਧਾਵਾ ਬੋਲਿਆ ਹੋਇਆ ਹੈ, ਇਹ ਕਲਸੀਆਂ ਨਗਰ ਦਾ ਰਿੱਕੀ ਜਿਸ ਨੌਜਵਾਨ ਨੇ ਫਿਰ ਜਿਹੜੀ ਕਬੱਡੀ ਪਾਈ ਹੋਈ ਹੈ ਕਿ ਵਿਆਹ ਤੋਂ ਪਹਿਲਾਂ ਨਾਲ ਵਿਚੋਲੇ ਗੱਲ ਵਿਗਾੜੀਏ ਨਾ। ਦੇਖੋ ਸਾਹਮਣੇ ਗੋਪੀ ਮੈਦਾਨ ਦੇ ਵਿੱਚ ਪੂਰੀ ਬਹੁਤ ਹੀ ਤਕੜੀ ਕੋਸ਼ਿਸ਼ ਹੈ। ਲਓ ਗੋਪੀ ਮੰਡੀਆਂ ਮਿੜਦਾ ਔਰ ਦੂਜੇ ਪਾਸੇ ਕਲਸੀਆਂ ਵਾਲਾ ਰਿੱਕੀ, ਦੋਨੋਂ ਹੀ ਖੋਜਾਂ ਬੜੀਆਂ ਹੋਈਆਂ ਹੈ ਤੇ ਝਟਕੇ ਜਿਹੜੇ ਵੱਜ ਰਹੇ ਹਨ ਤੇ ਗੱਲ ਫਿਰ ਮੁਸ਼ਕਲ ਬਣ ਗਈ ਹੈ। ਇਹ ਪੁਆਇੰਟ ਵੀ ਗੋਪੀ ਨੇ ਆਪਣੀ ਟੀਮ ਦੇ ਸੋ ਜੋੜ ਦਿੱਤਾ ਹੈ ਕਿ ਵਿਆਹ ਤੋਂ ਪਹਿਲਾਂ ਨਾਲ ਵਿਚੋਲੇ ਗੱਲ ਵਿਗਾੜੀਏ ਨੇ, ਯਾਰਾਂ ਦੇ ਵਿੱਚ ਖੜੇ ਪੁੱਤ ਨੂੰ ਕਦੇ ਵੀ ਤਾੜੀਏ ਨਾ। ਆਯਾਦ ਲਾਸ਼ੂ ਸੌਖਾ ਨਹੀਂ ਕੰਮ, ਖੇਡ ਕਬੱਡੀ ਦਾ ਜ਼ੋਰ ਵਿਖਾਉਣਾ ਪੈਂਦਾ ਜਦ ਜੱਫਾ ਲੱਗੀਦਾ ਕਿ ਜ਼ੋਰ ਵਿਖਾਉਣਾ ਪੈਂਦਾ ਜਦ ਜੱਫਾ ਲੱਗੀਦਾ ਕਿ ਜਦ ਜੱਫਾ ਲੱਗੀਦਾ। ਲਓ ਅਗਲੀ ਕਬੱਡੀ ਫਿਰ ਲਸਾੜੇ ਗਿੱਲ ਪਿੰਡ ਦਾ ਬੱਬੂ, ਇਸ ਸਾਲ ਇੰਗਲੈਂਡ ਦੇ ਵਿੱਚ ਕੁਲਵੰਤ ਸੰਘੇ ਉਹਨਾਂ ਦੀ ਟੀਮ ਲਈ ਬਹੁਤ ਤਕੜੀਆਂ ਕਬੱਡੀਆਂ ਪਾਈਆਂ ਹੈ ਪਰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਇਸਨੇ ਮੈਦਾਨ ਦੇ ਵਿੱਚ ਜੰਟੀ ਕਲਸੀਆਂ ਪਿੰਡਾ ਜਿਸ ਨੌਜਵਾਨ ਨੇ ਜੱਫਾ ਲਾ ਕੇ ਇਹ ਪੁਆਇੰਟ ਜਿਹੜਾ ਆਪਣੀ ਟੀਮ ਦੇ ਸੋ ਜੋੜ ਦਿੱਤਾ। ਉਧਰ ਕਲਸੀਆਂ ਵਾਲਾ ਭੀਰਾ ਕਬੱਡੀ ਪਾ ਰਹੇ ਹੈ, ਕਲਸੀਆਂ ਕੋਲ ਵੀ ਬਹੁਤ ਸਾਰੇ ਹਥਿਆਰ ਹੈ, ਪੰਜ ਪੰਜ ਰੇਡਰ ਜਿਹੜਾ ਇੱਕ ਇੱਕ ਟੀਮ ਲਈ ਫਿਰਦੀ ਹੈ ਕਿਉਂਕਿ ਮੈਚ ਫਾਈਨਲ ਤੱਕ ਪੁੱਜਣ ਲਈ ਟਿਕਟਾਂ ਤਾਂ ਇਹਦੇ ਸਫ਼ਰ ਤੈਅ ਕਰਨ ਲਈ ਬਾਤ ਵੱਡੀ ਜਦੋਂ ਯਾਦ ਕਰਨੀ ਪੈਣੀ ਹੈ। ਪਰ ਵੇਖੋ ਸਾਹਮਣੇ ਇਹ ਹੈ ਸੈਂਪੜੀ ਸਾਹਿਬ ਦਾ ਲਾਡੀ, ਉਧਰ ਬਾਈ ਰਣਜੀਤ ਤਾੜੀਆਂ ਮਾਰ ਕੇ ਇਸ ਨੌਜਵਾਨ ਦੇ ਹੌਸਲੇ ਬੁਲੰਦ ਕਰ ਰਹੀ ਹੈ। ਬਾਈ ਰਣਜੀਤ ਉਹਦੀ ਤਾੜੀਆਂ ਮਾਰ ਕੇ ਹੌਸਲੇ ਬੁਲੰਦ ਕਰ ਰਹੀ ਹੈ। 500 ਰੁਪਏ ਦੀ ਬਹੁਤ ਵੱਡੀ ਮਾਣ ਇਸ ਵੀਰ ਨੇ ਵੀ ਇਹਨਾਂ ਬੋਲਾਂ ਤੋਂ ਖੁਸ਼ ਹੋ ਕੇ ਪੁੱਜਦੇ ਕੀਤੀ ਹੈ। ਇੱਧਰ ਲਸਾੜੇ ਪਿੰਡ ਦਾ ਗਿਆਨੀ ਜੂੜੇ ਤੇ ਵੱਧਾ ਹੋਇਆ ਚਿੱਟਾ ਰੁਮਾਲ ਸੋਹਣਾ ਬਾਬਰੀ ਹੈ ਕਿ ਮਾਂ ਦੇ ਪੁੱਤ ਨੇ ਤਵੀਤੀ ਪਾਈ ਹੋਈ ਹੈ, ਸੋਹਣੀ ਮਿਹਨਤ ਵੀ ਸਰੀਰ ਉੱਤੇ ਲਾਈ ਹੋਈ ਹੈ, ਪਤਾ ਲੱਗ ਜੂ ਮੈਦਾਨ ਵਿੱਚ ਜਿੱਤ ਹਾਰਦਾ ਉਂਜ ਜਿੱਤਣ ਨੂੰ ਹਰ ਇੱਕ ਟੀਮ ਆਈ ਹੋਈ ਹੈ। ਪੰਜਾਬ ਦੇ ਵੱਖੋ ਵੱਖਰੇ ਨਗਰਾਂ ਤੋਂ, ਹਰਿਆਣੇ ਦੇ ਵੱਖੋ ਵੱਖਰੇ ਨਗਰਾਂ ਤੋਂ ਅੱਜ ਕਹਿੰਦੇ ਵੀ 100 ਟਰੈਕਟਰ ਜਿੱਤਣ ਲਈ ਟੀਮਾਂ ਪੁੱਜੀਆਂ ਹੋਈਆਂ ਨੇ। ਉਧਰ ਨੈਬ ਸਿੰਘ ਸਾਡਾ ਵੀਰ ਹਰੀ ਪਰਿੰਦੂਆਂ ਤੋਂ ਪੁੱਜਿਆ ਹੋਇਆ, ਕਹਿੰਦਾ ਵੀ 1 ਨਵੰਬਰ ਬਾਅਦ ਚੋਟੀ ਦਾ ਖੇਡ ਮੇਲਾ ਹੋਣਾ ਹੈ, 1 ਨਵੰਬਰ ਬਾਅਦ ਚੋਟੀ ਦਾ ਖੇਡ ਮੇਲਾ ਹੈ। ਹਰੀ ਪਰਿੰਦੂਆਂ 33,333 ਤੇ 22,222 ਦੇ ਬਾਤ ਵੱਡੇ ਜਿਹੜੇ ਨਾਮ ਹੋਣਗੇ। ਉਧਰ ਜਪਾਨੀ ਸਾਡਾ ਵੀਰ ਪੜਾਲ ਤੋਂ ਬਹੁਤ ਵੱਡੇ ਮਾਣ ਕਰ ਰਹੇ ਹੈ, ਬਹੁਤ ਬਹੁਤ ਧੰਨਵਾਦ ਹੈ। ਜਪਾਨੀ ਸਾਡਾ ਵੀਰ ਪੜਾਲ ਤੋਂ ਬਹੁਤ ਵੱਡੇ ਮਾਣ ਕਰ ਰਹੇ ਹੈ, ਜੋ ਹਰਿਆਣੇ ਦੀ ਟੀਮ ਦੇ ਮੇਨ ਸਪੌਂਸਰ ਉਹਨਾਂ ਦਾ ਧੰਨਵਾਦ ਹੈ। ਇੱਧਰ ਟੱਕਰ ਬਹੁਤ ਜ਼ੋਰਦਾਰ ਹੈ, ਲਓ ਟੱਕਰ ਬਹੁਤ ਜ਼ੋਰਦਾਰ ਹੈ ਕਿ ਟੱਕਰ ਪੈ ਗਈ ਸ਼ੇਰਾਂ ਦੀ, ਲੋਕੀ ਤੱਕ ਦੇ ਖੇਡ ਮੈਦਾਨ ਦੇ ਲਾਗੇ ਕੱਢ ਕੇ ਕਿ ਥੰਮ ਵਰਗੀਆਂ ਛਾਤੀਆਂ ਦੇ ਖੜ ਗਈ ਵਿੱਚ ਪਾਣੀ ਵੀ ਅੜ ਕੇ। ਲਓ ਮੈਚ ਸਮਾਪਤ ਹੈ ਤੇ ਇਸ ਮੈਚ ਦਾ ਜਿਹੜਾ ਰਿਜ਼ਲਟ ਹੈ, ਇਸ ਮੁਕਾਬਲੇ ਦੇ ਵਿੱਚ ਕਲਸੀਆਂ ਦੀ ਟੀਮ ਦੇ ਪੁਆਇੰਟ ਨੇ 9 ਅਤੇ ਲਸਾੜੇ ਗਿੱਲ ਦੀ ਟੀਮ ਦੇ ਪੁਆਇੰਟ ਨੇ 20.5। ਬਾ ਚੋਟੀ ਦਾ ਮੈਚ ਹੋਇਆ, ਇੱਕ ਵਾਰ ਤਾੜੀਆਂ ਜ਼ਰੂਰ ਮਾਰ ਦਿਓ ਦੋਨੋਂ ਟੀਮਾਂ ਲਈ। ਕਲਸੀਆਂ ਦੀ ਮੇਨ ਦਾਅਵੇਦਾਰ ਟੀਮ ਜਿਹੜੀ ਅੱਜ ਦੇ ਇਸ ਮੁਕਾਬਲੇ ਦੇ ਵਿੱਚ ਬਾਹਰ ਹੋ ਗਈ ਹੈ, ਜੋ ਇਸ ਕਬੱਡੀ ਕੱਪ ਦੀ ਮੇਨ ਦਾਅਵੇਦਾਰ ਟੀਮ ਸੀ ਉਸ ਕੱਪ ਦੇ ਵਿੱਚ ਬਾਹਰ ਹੋ ਗਈ ਹੈ। ਸੋ ਅਗਲਾ ਜਿਹੜਾ ਮੈਚ ਹੈ ਕੌਂਕਿਆਂ ਦੇ ਨਾਲ ਧਨੌਰੀ ਦੀ ਟੀਮ ਦੇ ਦਰਮਿਆਨ ਮੈਦਾਨ ਦੇ ਵਿੱਚ ਸ਼ੁਰੂ ਹੋਣ ਜਾ ਰਹੀ ਹੈ। ਇੱਧਰ ਰਾਜਾ ਚੱਠਾ ਸਾਡਾ ਵੀਰ ਧਨੌਰੀ ਵਾਲਾ, ਉਹਨਾਂ ਦਾ ਵੀ ਧੰਨਵਾਦ ਹੈ, ਬਹੁਤ ਬਹੁਤ ਸਵਾਗਤ ਹੈ। ਬਹੁਤ ਖੂਬਸੂਰਤ ਜਿਹੜੇ ਮੁਕਾਬਲੇ ਚੱਲ ਰਹੇ ਨੇ, ਧਨੌਰੀ ਵਾਸਤੇ ਕੌਂਕਿਆਂ ਦੀਆਂ ਟੀਮਾਂ ਦੇ ਦਰਮਿਆਨ ਇਸ ਮੁਕਾਬਲੇ ਦੀ ਜਿਹੜੀ ਸ਼ੁਰੂਆਤ ਮੈਦਾਨ ਦੇ ਵਿੱਚ ਬੜੀ ਜਲਦ ਹੋਣ ਜਾ ਰਹੀ ਹੈ। ਪਾਣੀ ਬਹਾ ਅੱਜ ਲੈ ਵੀ ਜੱਬੋ ਮਾਜਰੀ, ਅੱਜ ਤੇਰੀ ਡਿਮਾਂਡ ਬਹੁਤ ਹੈ। ਗੁਰਪ੍ਰੀਤ ਧਾਲੀਵਾਲ ਪਾਣੀ ਵਾਲੇ ਸੇਵਾਦਾਰ ਦੀ ਸੇਵਾ ਕਰਨੀ ਹੈ ਸਾਰਿਆਂ ਨੇ। ਉੱਧਰ ਬੱਲੋ ਮਾਜਰੀ ਆ ਜੱਸੀ, ਕਹਿੰਦਾ ਵੀ 12-13-14 ਫਰਵਰੀ ਬੱਲੋ ਮਾਜਰੀ ਦੇ ਬਹੁਤ ਵੱਡੇ ਕਬੱਡੀ ਕੱਪ ਦੀਆਂ ਤਰੀਕਾਂ ਦਾ ਜਿਹੜਾ ਐਲਾਨ ਹੋ ਚੁੱਕਿਆ ਹੈ, ਜਿਸ ਵਿੱਚ ਤਰਨਜੀਤ ਘੋਲੂ ਅਤੇ
जसी उन्होंने ग्रुप के वालों बहुत बड़ा कबड्डी कप है और 14 तरीक न कहते भी गुरदास मान का जो खुला काड़ा होना है तो नॉर्थ इंडिया कबड्डी फैडरेशन 8 टीमां भिड़न गिया 13 तरीक न पिंडवार के मैच होने ये भी आप सारे ने नोट करना है। कबड्डिया दोनों टीम नोट कर लेना 15 कबड्डिया का मैच है। लो पहली कबड्डी वेखो सैफरी साहब का हैपी जिस नौजवान ने मैदान पहला जिहड़ा धावा बोलिया एक बार ताड़ियां मार दो हैपी दे नाल दी जोरदार ताड़ियां मार दो यह है सैफरी साहब की धरती का हैपी जिस नौजवान ने पहला जिहड़ा 1.5 पॉइंट अपनी टीम से जोड़ी है और दूजे पासे सरबजोत सिंह तोता बी प्रविंड के सरदार मेजर सिंह का बेटा है इस नौजवान के नाम दिया भी एक बारी ताड़ियां मार दो नौजवानों ताड़ियां मार दो दशमरियो यह है बीपर की धरती का तोता पहलवान ने उधर निके का कहते भी पुराने पिंड है लो मोटू मोटे नू टच करके असमे बहुत ही खूबसूरत अंकड़ा अपनी टीम से जोड़िया आ खिलाड़ी कौन है दशमरियो यह राहुल की धरती का शेरा है जिस नौजवान ने रूमी ने कबड्डी कप से लड़ी जी जीती एक बार ताड़ियां मार दो उस खिलाड़ी के नाते यह है रूमी ने कबड्डी कप का बेस्ट धावी राहुल वाली है शेरा उधर शेरू धनौरी वाला यह भी कहते भी लीग के बहुत तकड़ा खेडिया धनौरी वाला शेरू के नाम दिया ताड़ियां मार दो यह है धनौरी वाला शेरू जिस नौजवान ने बाद चोटी का जफा लाया उधर अगली कबड्डी वेखो संदीप सिंह बदेशा 5 साल तो इंग्लैंड बहुत तकड़ा खेडता आ रहे हैं 1 क्विंटल 33 किलो भार है सौदागर सिंह जरा बच के लैन तो जरा बच के लैन तो 1 क्विंटल 33 किलो भार का जंबो जट पटवारी सतपाल का सपुत्र कबड्डी पा रही है लो गोल्डी मुछा नूं ताओ दे रही है कहिंदा भी 27 तरीक भजी आ रही है ते मलोए की तरीक जिहड़ी भाई मनदीप सिंह मलोआ और जॉनी साड़ा भी रायपुर कलां वाला गोल्डी रायपुर कलां वाला रायपुर कलां दे कहिंदे भी मलोए दे कबड्डी कप दे वीन स्पॉन्सर ने भाई गोल्डी उन्हें 2 टूरनामेंट करवा रहे हैं 1 3 नवंबर नूं रायपुर कलां दे विच 1 27 अक्टूबर नूं कहिंदे भी 3 नवंबर नूं मलोए दे विच 27 तरीक रायपुर कलां दे कबड्डी कप दी है और दोनों टूरनामेंटां ते मोटरसाइकिल दे उत्ते जाणी है दोनों कबड्डी कपां दे मोटरसाइकिल दे जाणी है उधर हैप्पी सैंपली साहब दीआं 3 कबड्डियां ते जिते जिते कहिंदे भी गैरी मोगा ਅਤੇ ਉਹਨਾਂ ਦੇ ਨਾਲ ਹੀ ਸਾਡਾ ਵੀਰ ਪਰਮਿੰਦਰ ਜੰਡਪੁਰ ਉਹਨਾਂ ਵੱਲੋਂ 500 ਰੁਪਏ ਦਾ ਐਲਾਨ ਕਰ ਦਿੱਤਾ ਗਿਆ ਆ ਵੇਖੋ ਸਾਹਮਣੇ ਇੱਕ ਪਾਸੇ ਅਮਨਾ ਕੰਕਿਆਂ ਦੀ ਧਰਤੀ ਦਾ ਪ੍ਰਸਿੱਧ ਯਾਫੀ ਹੈ ਕੰਕਿਆਂ ਦੀ ਟੀਮ ਦਾ ਬਹੁਤ ਵੱਡਾ ਯਾਫੀ ਹੈ ਉਹਦੇ ਨਾਲ ਹੀ ਮਨਿੰਦਰ ਮੋਟਾ ਪਰ ਵੇਖੋ ਸਾਹਮਣੇ ਮੈਦਾਨ ਦੇ ਵਿੱਚ ਬਹੁਤ ਤਕੜੀ ਕੋਸ਼ਿਸ਼ ਹੈ ਲਓ ਵੇਖੋ ਸਾਹਮਣੇ ਅਮਨ ਅਤੇ ਤੋਤਾ ਮੁਕਾਬਲਾ ਸਖਤ ਬਣਿਆ ਹੋਇਆ ਹੈ ਇਹ ਤੋਤੇ 'ਚ ਜ਼ੋਰ ਬਹੁਤ ਹੈ ਜ਼ੋਰ ਬਹੁਤ ਹੈ ਐਵੇਂ ਨਹੀਂ ਲੋਕ ਸਲਾਮਾਂ ਕਰਦੇ ਕਿ ਮੱਝਾਂ ਸਾਲ ਸਾਲ ਚੁੰਗੀਆਂ ਨੇ ਬੂਰੀਆਂ ਮਾਂ ਨੇ ਕੁੱਟ ਕੇ ਗਵਾਈਆਂ ਮੈਨੂੰ ਚੋਰੀਆਂ ਜਦੋਂ ਲਾਈਦਾ ਗਰਾਊਂਡ ਵਿੱਚ ਗੇੜਾ ਐਵੇਂ ਨਹੀਂ ਤਾਰੀਫਾਂ ਹੁੰਦੀਆਂ ਨਾ ਬੋਲਦਾ ਸਪੀਕਰਾਂ 'ਚ ਤੇਰਾ ਕਿ ਐਵੇਂ ਨਹੀਂ ਤਾਰੀਫਾਂ ਹੁੰਦੀਆਂ ਉੱਧਰ ਵੇਖੋ ਟੰਗਰਾਰੀ ਵਾਲਾ ਚਿੰਦਾ ਚਿੰਬੜਿਆ ਹੋਇਆ ਤੇ ਗੱਲ ਜਿਹੜੀ ਮੁਸ਼ਕਲ ਦੀ ਬਣਾਈ ਹੋਈ ਹੈ ਬਹੁਤ ਹੀ ਜਾਨਦਾਰ ਤਰੀਕੇ ਨਾਲ ਐਨ ਕਹਿੰਦੇ ਵੀ ਖੁੱਚ ਭਰੀ ਹੋਈ ਹੈ ਤੇ ਖੁੱਚ ਭਰੀ ਹੋਈ ਹੈ ਲਗਾਤਾਰ ਦੂਜਾ ਜਫਾ ਲਾ ਕੇ ਮੈਦਾਨ ਦੇ ਵਿੱਚ ਬੱਲੇ ਬੱਲੇ ਕਰਮਾਨ ਕਾਲ ਗੱਲ ਕਰ ਦਿੱਤੀ ਹੈ ਬਹੁਤ ਹੀ ਖੂਬਸੂਰਤ ਅੰਕੜਾ ਇਸਨੇ ਨੌਜਵਾਨ ਸ਼ਿੰਦੇ ਨੇ ਆਪਣੀ ਟੀਮ ਦੇ ਵਿੱਚ ਜੋੜ ਦਿੱਤਾ ਹੈ ਉਧਰ ਸੰਦੀਪ ਵਿਦੇਸ਼ਾ ਇੱਕ ਪਾਸੇ ਕਹਿੰਦੇ ਵੀ ਮਨਜਿੰਦਰ ਮੋਟਾ ਔਰ ਨਾਲ ਹੀ ਨਿੱਕਾ ਪੁਰਾਣੇ ਵਾਰੀਆ
हरजीत तलवार कबड्डी क्लब जगराओं के लिए पंजाब के कबड्डी कप च धूमा मन वाला खिडारी अमन कंकिया वाला और साथी खिडारी पूरी तैयारी के विच ने। उधर राणा पहलवान मुलांबरी पुज गया पर इधर भी जफा, इधर भी जफा, दर्श मिलियो इधर भी जफा, बड़े करारे जफे दोनों पासे बात करारे जफे लग रहे हैं। बात ही खूबसूरत खेड का नजारा जो बनया हुआ है सैंपली साहब की धरती से है। पीटियां दो कबड्डियों से जिथे कहते भी परमिंदर यंड परे अते गैरी मोगे वालों 500 रुपए का ऐलान किया हुआ है। लो 500 रुपए का ऐलान किया हुआ है। धनारी वाला बिंदर अज धनारी वाला मनी भी पुजा हुआ है, मोढ़े का ऑपरेशन करवाया है, जल्दी कहते भी सेहत या होगी। इन मैदानों के धुमा मावे कुटारी गल बकरी होगी पर आह पॉइंट हैप्पी दे से है, यह पॉइंट कंके करां दी टीम दे से जुड़ी है। हर पम्मा सुहाणी वाला उहदे भी गोडे ते सट लगी होई सेहत यावो के इन्हों मैदान का हीरा बने, इन्हों मैदान का योदा कड़ारी बने। बी प्रिया तोता एन कहते भी गज चौड़ी छाती कलाड़ी के बेलने वर्गे पटने नौजवान दे कंकिया वाले अमन के नाल दो हथ करके इस कर दिता। लो अगली कबड्डी वेखो सामने असमें चढ़ती जी बरेस है ते मुछ फुट गभरू नौजवान ला हरदीप कहते भी कंकिया वाला नवा तो तेज धार कड़ारी बस सोना पॉइंट अपनी टीम से जुड़ता हुआ। इधर भोला कहते भी धनौरी वाला अगली कबड्डी पाने की तैयारी के उधर कहते भी अमन कौंकिया वाले ने भी कठाले के कबड्डी कप से ट्रैक्टर जितया हुआ है। कौंकिया की टीम का एवं नहीं नाम बहुत बड़ा बनया हुआ है। कौंकिया वाले अमन ने भी कहते कठाले के कबड्डी कप से ट्रैक्टर जितने का मान हासिल किया और नाल ही कहते भी मोटा कई साल तो जिथे कहते भी बिंदर जगराओं उन्होंने टीम ली हरजीत एवसपोर्ट कबड्डी क्लब हर साल कनेडा के खेलता है। अज धनास नगर है जिथे कबड्डी के मान हीरे पुजे हुए हैं। पुराने वाल का निका इस साल कनेडा के बाद तकड़ा खेडिया ला पुराने वाली निका उधर भोला मार दो तारियों दर्श मिलो एक जोर के नाल एक जोर के नाल तकड़ा पॉइंट अपनी टीम के जोड़ दिता है। राहू वाली है शेरू वेखो सामने लंडी जीप का जेतू खिडारी और जूड़े से बदा हुआ चिट्टा रुमाल सोहना बद रही है। हर मामा के बली पुतों के हल्का जहा टच करके एसमे राहू वाली शेरा अगले खूबसूरत अंकड़े का वाधा अपनी टीम लिए करता हुआ। एक एक कबड्डी जी बात ही जानदार से शानदार बनी हुई है। उधर तारा सिद्धू राय परिया अते जसा राय परिया उन्होंने भी बहुत बहुत धन्यवाद है। ये भी साढ़े वीर बलौंगी के हर साल बात बड़ा कबड्डी कप करवाउंदी है और जसा सिद्धू और तारा साड़ा वीर उन्हों का फिर तो धन्यवाद है। हर साल मिंटू उन्होंने भाई बिंदे उन्होंने जो कि 10 तरीक न जिथे सलेम प्रकरण के बहुत बड़ा खेड मेला करवा रही है उत्थे अज पुजे उन्होंने वीर का फिर तो बहुत बहुत धन्यवाद है। और जिथे कल कंबाले पिंड दर्शक भी हो दो मोटरसाइकिल जिते जानी है 51,000 से 41,000 दरम्यान कुंडियों के सिंह फसन गए पर अज दो ट्रैक्टर का जेतू कौन बनता है वो सभी ने फैसला करना है कि अज दो ट्रैक्टर का जेतू कौन बनता है। कौंकिया वाला हरदीप मास्टर रजीत सिंह रतनगढ़ की विसल के नाल यह पॉइंट जिहड़ा मैदान के किस नौजवान दे से है।
ਅਨਾਉਂਸ ਕਰ ਦਿਓ ਕਿ ਤੁਹਾਨੂੰ ਕਹਿੰਦਾ ਜਾਂ ਦੂਜਾ ਜਾ ਕਬੱਡੀ ਦੁਆਰਾ ਪਾ ਦਿਓ ਤੇ ਕਮੇਟੀ ਦਾ ਬੈਠ ਲੈ ਸਰਪੰਚ ਸਾਹਿਬ ਕੀ ਫੈਸਲਾ ਜਿਹੜਾ ਤੁਸੀਂ ਫੈਸਲਾ ਦਿਓ ਲੋ ਕਮੇਟੀ ਨੇ ਫੈਸਲਾ ਕੀਤਾ ਵੀ ਰੇਡ ਜਿਹੜੀ ਦੁਬਾਰਾ ਪਾਊਗੀ ਜੋ ਕਮੇਟੀ ਦਾ ਫੈਸਲਾ ਹੈ ਰੇਡ ਜਿਹੜੀ ਦੁਬਾਰਾ ਪਾ ਦਿਓ ਜੀ ਰੇਡਰ ਵੀ ਉਹੀ ਰੇਡਰ ਪਾਊਗਾ ਬਈ ਦਰਸ਼ਕ ਵੀਰੋ ਮੇਰੇ ਖਿਆਲ ਕਮੇਟੀ ਦੇ ਫੈਸਲੇ ਤੋਂ ਖੁਸ਼ ਹੋਣ ਤੁਸੀਂ ਇੱਕ ਵਾਰ ਤਾੜੀਆਂ ਮਾਰ ਦਿਓ ਅਗਰ ਖੁਸ਼ ਹੋ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਮੈਚ ਬਹੁਤ ਵੱਡੇ ਹੈ ਕਈ ਵਾਰ ਰੈਫਰੀ ਨੂੰ ਵੀ ਜਿਵੇਂ ਕਹਿੰਦੇ ਵੀ ਦੁਚਿੱਤੀ ਬਣ ਜਾਂਦੀ ਹੈ ਬਹੁਤ ਖੂਬਸੂਰਤ ਮੈਚ ਇਸ ਮੈਚ ਦਾ ਤੁਸੀਂ ਮੈਂ ਪੁਆਇੰਟ ਜਿਹੜਾ ਰੇਡਰ ਵੇਸ ਜਾ ਜੁੜੇ ਹੋ ਬਹੁਤ ਚੋਟੀ ਦੇ ਮੈਚ ਦਾ ਆਨੰਦ ਮਾਰ ਰਹੇ ਹੋ ਇੱਕ ਪਾਸੇ ਬਾਬਾ ਗਾਜੀ ਦਾਸ ਕਬੱਡੀ ਕਲੱਬ ਧਨੌਰੀ ਬਾਈ ਅੰਜੇ ਉਹਨਾਂ ਦੀ ਟੀਮ ਹੈ ਮਨਪ੍ਰੀਤ ਮਨੀ ਜਿਸ ਨੌਜਵਾਨ ਨੇ ਇੰਗਲੈਂਡ ਕੈਨੇਡਾ ਦੇ ਵਿੱਚ ਧੁੰਮਾਂ ਪਾਈਆਂ ਹੈ ਔਰ ਮੋਢੇ ਤੇ ਸੱਟ ਲੱਗੀ ਹੋਈ ਕਰਕੇ ਵੀ ਨਹੀਂ ਖੇਡ ਰਿਹਾ ਪਰ ਉਸ ਨੌਜਵਾਨ ਦੀ ਯੋਗ ਅਗਵਾਈ ਜਿਹੜੀ ਮੈਦਾਨ 'ਚ ਬਣੀ ਹੋਈ ਹੈ ਸੰਦੀਪ ਵਿਦੇਸ਼ਾਂ ਦੇਖੋ ਸਾਹਮਣੇ ਵਿਦੇਸ਼ਾਂ ਕਲਾਂ ਦੀ ਧਰਤੀ ਦਾ ਕੰਕਿਆਂ ਮਲਾਵਾਂ ਨੇ ਬਹੁਤ ਹੀ ਜਾਨਦਾਰ ਤਰੀਕੇ ਨਾਲ ਉਹ ਇੱਕ ਵਾਰੀ ਲਲਕਾਰਾ ਵੀ ਮਾਰ ਦਿਓ ਲਲਕਾਰਾ ਵੀ ਮਾਰ ਦਿਓ ਮੈਂ ਪੂਰੀ ਸੰਗਤ ਪੂਰੀ ਖੁਸ਼ ਹੈ ਉਧਰ ਧਰਮਿੰਦਰ ਜੰਡ ਪ੍ਰਿਆ ਵੀ ਆ ਗਿਆ ਜੰਡ ਪ੍ਰਿਆ ਧਰਮਿੰਦਰ ਵੀ ਆ ਗਿਆ ਜੰਡ ਪ੍ਰਿਆ ਧਰਮਿੰਦਰ ਵੀ ਆ ਗਿਆ 7-8 ਤਰੀਕ ਨੂੰ ਬਾਤ ਵੱਡਾ ਜਿਹੜਾ ਖੇਡ ਮੇਲਾ ਹੈ ਉਹ ਜੰਡਪੁਰ ਦੇ ਵਿੱਚ ਆਉਣ ਜਾ ਰਿਹਾ ਜਿੱਥੇ ਦੋ ਦੇਸੀ ਘਿਓ ਦੇ ਟੀਮ ਦਿੱਤੇ ਜਾਣੇ ਆ ਇੱਧਰ ਤਾੜੀਆਂ ਮਾਰ ਦਿਓ ਧਨੌਰੀ ਵਾਲਾ ਸ਼ੇਰੂ ਬਾ ਇਹ ਨੌਜਵਾਨ ਹੈ ਇਹ ਧਨੌਰੀ ਵਾਲਾ ਸ਼ੇਰੂ ਪ੍ਰਸਿੱਧ ਜਾਤੀ ਬਾ ਚੋਟੀ ਦਾ ਜੱਫਾ ਲਾਉਂਦਾ ਹੋਇਆ ਚੱਲ ਬੀ ਪਰਵਾਲਿਆ ਪਾ ਫਿਰ ਕਬੱਡੀ ਚਾਰ ਕੌਂਕਿਆਂ ਵਾਲੇ ਪੂਰੀ ਤਿਆਰੀ ਦੇ ਵਿੱਚ ਹੈ ਅਮਨ ਕੌਂਕਿਆਂ ਵਾਲਾ ਕਹਿੰਦੇ ਵੀ ਟਰੈਕਟਰ ਦਾ ਜੇਤੂ ਹੈ ਔਰ ਨਾਲ ਵੇਖੋ ਸਾਹਮਣੇ ਉਹਦੇ ਸਾਥੀ ਪੂਰੀ ਤਿਆਰੀ ਦੇ ਵਿੱਚ ਹੈ ਇਹ ਹੈ ਨੌਜਵਾਨ ਨਿੱਕਾ ਪੁਰਾਣੇ ਮਾਲ ਦੀ ਧਰਤੀ ਦਾ ਲਓ ਦੋ ਕਹਿੰਦੇ ਵੀ ਵੱਡੇ ਮਾਲ ਹੈ ਦੋ ਵੱਡੇ ਮਾਲ ਉਹ ਮਾਰ ਦਿਓ ਤਾੜੀਆਂ ਦਰਸ਼ਕੋ ਮਾਰ ਦਿਓ ਤਾੜੀਆਂ ਗੋਲਡੀ ਉੱਠ ਕੇ ਵੇਖ ਜਵਾਨਾ ਬਾਪੂ ਭੰਗੜਾ ਪਾਉਂਦੇ ਆ ਬਹਿ ਕੇ ਵੇਖ ਜਵਾਨਾ ਬਾਪੂ ਭੰਗੜਾ ਪਾਉਂਦੇ ਆ ਹਰਿਆਣੇ ਦੀ ਟੀਮ ਦੇ ਖਿਡਾਰੀ ਗਰਾਊਂਡ ਦੇ ਬਾਹਰਲੇ ਪਾਸੇ ਹਰਿਆਣੇ ਵਾਲੇ ਟੀਮ ਸਕ੍ਰੈਚ ਹੋ ਜਾਣੀ ਗਰਾਊਂਡ ਦੇ ਬਾਹਰਲੇ ਪਾਸੇ ਹਰਿਆਣੇ ਦੀ ਟੀਮ ਦੇ ਗਰਾਊਂਡ ਦੇ ਬਾਹਰਲੇ ਪਾਸੇ ਬੈਠ ਜਾਣ ਧਿਆਨ ਦੇਣ ਜਿੰਨੇ ਵੀ ਹਰਿਆਣੇ ਦੀ ਟੀਮ ਦੇ ਖਿਡਾਰੀ ਹੈ ਨੈਕਸਟ ਮੈਚ ਦੀਆਂ ਟੀਮਾਂ ਜਿਹੜੀਆਂ ਉਹ ਗਰਾਊਂਡ ਦੇ ਬਾਹਰਲੇ ਪਾਸੇ ਬੈਠ ਕੇ ਮੈਚ ਦਾ ਆਨੰਦ ਮਾਣ ਲਓ ਭੋਲਾ ਕਹਿੰਦੇ ਵੀ ਧਨੌਰੀ ਵਾਲਾ ਇਸ ਨੌਜਵਾਨ ਨੇ ਵੀ ਪਿਛਲੇ ਸਾਲ ਪੰਜਾਬ ਦੇ ਕਈ ਕਬੱਡੀ ਕੱਪਾਂ ਤੇ ਬੈਸਟ ਰੇਡਰ ਬਣਨ ਦਾ ਮਾਣ ਹਾਸਲ ਹੋ ਰਿਹਾ ਸੰਤ ਈਸ਼ਵਰ ਸਿੰਘ ਕਬੱਡੀ ਅਕੈਡਮੀ ਰਾੜਾ ਸਾਹਿਬ ਦੇ ਲਈ ਖੇਡਦਾ ਉਧਰ ਕੌਂਕਿਆਂ ਵਾਲਾ ਅਮਨ ਭਰਿਆ ਹੋਇਆ ਕਲਾਵਾ ਲੈ ਵੱਜੀ ਹੋਈ ਧਾਲ ਵਿੱਚੋਂ ਕੋਈ ਕੋਈ ਵੱਜਦਾ ਕਿ ਵੱਜੀ ਹੋਈ ਧਾਲ ਵਿੱਚੋਂ ਕੋਈ ਕੋਈ ਵੱਜਦਾ ਲੈ ਭੋਲਾ ਮੈਦਾਨ ਦੇ ਵਿੱਚ ਧਨੌਰੀ ਵਾਲਾ ਬਹੁਤ ਹੀ ਚੋਟੀ ਦਾ ਅੰਕੜਾ ਆਪਣੀ ਟੀਮ ਦੇ ਜੋੜਦਾ ਹੋਇਆ ਸੈਂਪਲੀ ਸਾਹਿਬ ਦਾ ਹੈਪੀ ਫਿਰ ਕਬੱਡੀ ਪਾ ਰਹੇ ਹੈ ਧਨੌਰੀ ਵਾਲੇ ਚਾਰ ਨੌਜਵਾਨ ਪੂਰੀ ਤਿਆਰੀ ਦੇ ਵਿੱਚ ਨੇ ਇਹਨੇ ਚਾਰ ਮਾਮਲੇ
ਆਵਾਂਗੇ ਬਲੀ ਪੁੱਤ ਧਨਾਰੀ ਵਾਲੇ ਸ਼ੇਰੀ ਦੇ ਨਾਲ ਦੁਆਤ ਕਰਕੇ ਅਸਲੀ ਸੈਂਪਲੀ ਸਾਹਿਬ ਦਾ ਹੈਪੀ। ਉਧਰ ਸਾਡੇ ਵੀਰ ਪ੍ਰਵਿੰਦਰ ਜੰਡਪੁਰ ਤੇ ਗੈਰੀ ਮੋਗੇ ਵਾਲਾ, ਉਹਨਾਂ ਨੇ 500 ਰੁਪਏ ਦਾ ਮਾਣ ਦਿੱਤਾ ਹੈਪੀ ਦੇ ਲਈ। ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ ਜਿਹਨਾਂ ਨੇ ਬਹੁਤ ਵੱਡਾ ਮਾਣ ਕੀਤਾ ਹੈਪੀ ਦੇ ਲਈ। ਉਧਰ ਧਨਾਰੀ ਵਾਲਾ ਗੱਬਰ ਕਹਿੰਦੇ ਵੀ ਛੋਟੀ ਉਮਰ ਹੈ ਪਰ ਕਬੱਡੀਆਂ ਸਿਰੇ ਦੀਆਂ ਪਾਉਂਦਾ ਹੈ। ਮਾਨ ਗਿੱਲ ਲਵੀ ਮਾਨਸਿਆ, ਅੱਜ ਇਟਲੀ ਵਾਲਾ ਬਿੱਲੂ ਪੂਰਾ ਖੁਸ਼ ਹੈ, ਜੋੜੀ ਪੂਰੀ ਖੁਸ਼ ਹੈ, ਜੋੜੀ ਪੂਰੀ ਖੁਸ਼ ਹੈ। ਉਧਰ ਕਰਮਾ ਸੰਧੂ, ਐ ਲੱਗਦਾ ਵੀ ਹੁਣੇ ਹੁਣੇ ਯੂਕੇ ਤੋਂ ਆਇਆ ਕਰਮਾ ਸੰਧੂ। ਸੰਧੂ ਸਾਹਿਬ, ਬਾਪੂ ਕੇਸਰ ਸਿੰਘ ਕਿੱਥੇ ਬੈਠਾ ਹੈ? ਬਾਪੂ ਕੇਸਰ ਸਿੰਘ ਕਿੱਥੇ ਬੈਠਾ ਹੈ? ਉਹਨਾਂ ਦੇ ਵੀ ਦਰਸ਼ਨ ਕਰਵਾ ਦਿਓ ਕਿਤੇ, ਉਹਨਾਂ ਦੇ ਵੀ ਚਰਚੇ ਜਿਹੜੇ ਅੱਜ ਕਰਦੇ ਆਈਏ। ਬਈ ਧਨਾਰੀ ਵਾਲੇ ਪ੍ਰੀਤੇ ਬੇਨਤੀ ਵੀ ਜਿਹੜੇ ਖਿਡਾਰੀ ਫਾਲਤੂ ਹੈ ਪਲੀਜ਼ ਬੈਠ ਜਾਣ, ਮਿਹਰਬਾਨੀ ਹੋਵੇਗੀ। ਸਪੇਅਰ ਖਿਡਾਰੀ ਥੋੜਾ ਬੈਠ ਕੇ ਮੈਚ ਦਾ ਆਨੰਦ ਮਾਣ, ਕਿਉਂਕਿ ਮੈਚ ਬਾਅਦ ਚੋਟੀ ਦਾ, ਮੈਚ ਬਾਅਦ ਚੋਟੀ ਦਾ ਏ, ਮੈਚ ਬਾਅਦ ਸਿਰੇ ਦਾ ਏ, ਕਿ ਮੈਚ ਬਾਅਦ ਸਿਰੇ ਦਾ ਲੋਕੋ ਜਿਸ ਮੈਚ ਦਾ ਤੁਸੀਂ ਆਨੰਦ ਮਾ ਰਹੇ ਹੋ। ਇੱਧਰ ਗੱਬਰ ਧਨਾਰੀ ਵਾਲਾ ਆਮ ਜਿਵੇਂ ਕਹਿੰਦੇ ਵੀ 18 ਕੁ ਸਾਲਾਂ ਦੀ ਉਮਰ ਹੈ, ਖੇਡ ਬਹੁਤ ਪਿਆਰੀ ਹੈ, ਪੰਜਾਬ ਦੇ ਵੱਡੇ ਵੱਡੇ ਮੇਲਿਆਂ ਦੇ ਵਿੱਚ ਧੰਨ ਧੰਨ ਕਰਵਾਈ ਇਸ ਖਿਡਾਰੀ ਨੇ। ਉਧਰ ਕੌਂਕਿਆਂ ਵਾਲੇ 4 ਨੌਜਵਾਨ ਨੇ, ਇਹ ਵੀ ਨੌਜਵਾਨ ਪੂਰੀ ਤਿਆਰੀ ਦੇ ਵਿੱਚ ਹੈ। ਤਾਂ ਵੇਖੋ ਸਾਹਮਣੇ ਐਸਮੇ ਮੋਟੂ ਕਹਿੰਦਾ ਵੀ ਪੂਰੀ ਤਕੜੀ ਕੋਸ਼ਿਸ਼ ਕਰ ਰਹੀ ਹੈ, ਔਰ ਸਰੀਰ ਤਾਂ ਕਹਿ ਰਿਹਾ ਹੀ ਹੈ ਪਰ ਲਗਾਈਆਂ ਬਹੁਤ ਤਕੜੀਆਂ ਨੇ, ਲਗਾਈਆਂ ਬਹੁਤ ਤਕੜੀਆਂ ਨੇ। ਲਓ ਪ੍ਰੋਫੈਸਰ ਸਾਹਿਬ ਪੱਬਾਂ ਭਾਰ ਹੋਏ ਪਈ ਹੈ, ਪਰਮਿੰਦਰ ਸਿੰਘ ਜੀ ਪ੍ਰੋਫੈਸਰ ਸਾਹਿਬ ਉਹਨਾਂ ਦਾ ਧੰਨਵਾਦ ਹੈ। ਲਓ ਦੇ ਨਾਲ ਹੀ ਇਹ ਮੈਚ ਸਮਾਪਤ ਹੈ ਅਤੇ ਨੈਕਸਟ ਮੈਚ ਦੀਆਂ ਟੀਮਾਂ ਮੈਦਾਨ ਦੇ ਵਿੱਚ ਪੁੱਜਣਗੀਆਂ ਤੇ ਇਸ ਮੈਚ ਦਾ ਜਿਹੜਾ ਰਿਜ਼ਲਟ ਹੈ ਉਹ ਵੀ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਇਸ ਮੁਕਾਬਲੇ ਦੇ ਵਿੱਚੋਂ ਬਾਬਾ ਗਾਜੀ ਦਾਸ ਕਬੱਡੀ ਕਲੱਬ ਧਨੌਰੀ ਦੀ ਟੀਮ ਦੇ ਪੁਆਇੰਟ ਰਹੇ 9 ਅਤੇ ਕੌਂਕਿਆਂ ਦੀ ਟੀਮ ਦੇ ਪੁਆਇੰਟ ਨੇ 15.5। ਸੋ ਕੌਂਕਿਆਂ ਦੀ ਟੀਮ ਇਸ ਮੈਚ ਦੀ ਜੇਤੂ ਟੀਮ ਹੈ। ਉਧਰ ਗੁਰਜੀਤ ਟੈਂਟ ਸਰਵਿਸ ਵਾਲਾ ਵੀਰ ਹਰ ਸਾਲ, ਸੰਧੂ ਕਹਿੰਦਾ ਵੀ ਹਰ ਸਾਲ ਫ੍ਰੀ ਸੇਵਾ ਹੁੰਦੀ ਹੈ। ਗੁਰਜੀਤ ਟੈਂਟ ਵਾਲਾ ਜਟਾਣੇ ਵਾਲਾ, ਬਹੁਤ ਵੱਡੀ ਸੇਵਾ, ਭਾਵੇਂ ਘੋਲੂ ਦਾ ਖੇਡ ਮੇਲਾ ਹੋਵੇ, ਬੱਲੋ ਮਾਜਰੇ ਦਾ ਹੋਵੇ, ਖਰੜ ਦਾ ਮੇਲਾ ਹੋਵੇ, ਗੁਰਜੀਤ ਟੈਂਟ ਸਰਵਿਸ ਦਾ ਬਹੁਤ ਬਹੁਤ ਧੰਨਵਾਦ ਹੈ। ਗੁਰਜੀਤ ਜਟਾਣੇ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਉਧਰ ਬਾਪੂ ਕੇਸਰ ਸਿੰਘ, ਕੇਸਰ ਸਿੰਘ ਜੀ ਬਾਪੂ ਮੁੱਛ ਨੂੰ ਚਾਅ ਨਹੀਂ ਦਿੱਤਾ, ਮੈਨੂੰ ਪਤਾ ਵੀ ਅੱਜ ਜਨਮ ਦਿਨ ਵੀ ਹੈ। ਕੋਈ ਬੇਟਿਆਂ ਦੇ ਜਨਮ ਦਿਨ ਤੇ ਛਿੰਝਾ ਕਰਾਉਂਦਾ ਪਰ ਕਰਮਾ ਕਹਿੰਦਾ ਵੀ ਬਾਪੂ ਦੇ ਜਨਮ ਦਿਨ ਤੇ ਮੇਲਾ ਕਰਾਉਣਾ। ਇੱਕ ਵਾਰ ਤਾੜੀਆਂ ਮਾਰ ਦਿਓ, ਤਾੜੀਆਂ ਮਾਰ ਦਿਓ ਬਾਪੂ ਕੇਸਰ ਸਿੰਘ ਦੇ ਨਾਂ ਤੇ ਜਿਹਨਾਂ ਦੀ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਅੱਜ ਜਿਹੜਾ ਇਹ ਮੇਲਾ ਜਿਹੜਾ ਕਰਵਾਇਆ ਜਾ ਰਿਹਾ ਹੈ। ਸਰਦਾਰ ਕੇਸਰ ਸਿੰਘ ਜੀ ਮੁਬਾਰਕਾਂ ਨੇ ਤੁਹਾਨੂੰ, ਮੁਬਾਰਕਾਂ ਨੇ। ਐਨ ਨੀਲੇ ਰੰਗ ਦਾ ਫੋੜ ਹੈ ਤੇ ਜੱਟ ਨੇ ਨੀਲੇ ਰੰਗ ਦੀ ਪੱਗ ਬੰਨੀ ਹੋਈ ਹੈ। ਕਹਿੰਦਾ ਵੀ ਐਤਕੀ ਜੀਰੀ ਬਹੁਤ ਆਉਣੀ ਹੈ, ਔਰ ਕਹਿੰਦਾ ਵੀ ਕਣਕ ਵਾਲੇ ਢੋਲ ਜਿਹੜੇ ਉਹ ਨੋਟ ਦੇ ਭਰਦਾ ਨੇ। ਕੇਸਰ ਸਿੰਘ ਕਣਕ ਵਾਲੇ ਢੋਲ ਖਾਲੀ ਕਰ ਦਿਓ। ਕਰਮਾ ਕਹਿੰਦਾ ਵੀ ਜੀਰੀ ਬਹੁਤ ਹੈ, ਵੀ ਐਤਕੀ ਕਣਕ ਵਾਲੇ ਢੋਲ ਜਿਹੜੇ ਉਹ ਨੋਟਾਂ ਨਾਲ ਭਰਦੇ ਨੇ। ਵਾਹ ਜੀ ਵਾਹ, ਉਧਰ ਖੁਸ਼ੀ ਦੀ ਗੱਲ ਹੈ, ਦੋ ਦੋ ਖੁਸ਼ੀਆਂ ਇਕੱਠੀਆਂ ਹੋ ਗਈਆਂ। ਲਖਵਿੰਦਰ ਸਿੰਘ ਨਿੰਨੀ ਸਾਡੇ ਸਰਪੰਚ ਸਾਹਿਬ, ਉਹਨਾਂ ਦਾ ਵੀ ਜਨਮ ਦਿਨ ਮੁਬਾਰਕਾਂ ਨੇ, ਉਹਨਾਂ ਨੂੰ ਵੀ ਬਹੁਤ ਸਾਰੀਆਂ ਮੁਬਾਰਕਾਂ ਨੇ। ਸੰਧੂ ਸਾਹਿਬ ਔਰ ਸਾਰਿਆਂ ਦਾ ਧੰਨਵਾਦ ਹੈ। ਬੇਨਤੀ ਹੈ ਵੀ ਬੋਤਲਾਂ ਵਾਲਾ ਪਾਣੀ ਜਿਹੜਾ ਉਹ ਜ਼ਰੂਰ ਗਰਾਊਂਡ ਚ ਪੂਜਾ ਕਰ ਦਿਓ। ਹੈਪੀ ਸਾਡਾ ਵੀਰ, ਉਹਨਾਂ ਦਾ ਫਿਰ ਤੋਂ ਬਹੁਤ ਬਹੁਤ ਧੰਨਵਾਦ ਹੈ। ਉਧਰ ਕਬੱਡੀ 365.com ਇੱਕ ਵਾਰ ਫਿਰ ਤੋਂ ਬਹੁਤ ਧੰਨਵਾਦ ਹੈ। ਉਧਰ ਬਾਪੂ ਕੇਸਰ ਸਿੰਘ, ਉਹਨਾਂ ਨੇ 500 ਰੁਪਏ ਦੇ ਬਹੁਤ ਵੱਡੇ ਮਾਣ ਪੂਜਦੇ ਕੀਤੇ ਹੈ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਇੱਧਰ ਮੈਚ ਕਬੱਡੀ ਦਾ ਬਹੁਤ ਤਕੜਾ ਦਰਸ਼ ਵੀਰੋ, ਬਹੁਤ ਚੋਟੀ ਦਾ ਮੈਚ, ਇੱਕ ਪਾਸੇ ਮਨੌਲੀ ਦੀ ਟੀਮ ਹੈ ਔਰ ਦੂਜੇ ਪਾਸੇ ਹਰਿਆਣੇ ਵਾਲੇ ਨੌਜਵਾਨ ਨੇ। ਬਹੁਤ ਚੋਟੀ ਦਾ ਇਹ ਮੈਚ, ਮਿੱਤਰੋ ਫਸ ਗਈਆਂ ਗੁੰਡੀਆਂ। ਲਓ ਸਰਦਾਰ ਚਰਨ ਸਿੰਘ ਜੀ ਸਿੰਘ ਪਰੇ ਵਾਲਾ ਐਲਾਨ ਕਰਦਾ ਹੋਇਆ ਵੀ ਇਹ ਪੁਆਇੰਟ ਜਿਹੜਾ ਮਨੌਲੀ ਵਾਲੇ ਐਪੀ ਦੇਸੀ ਹੈ। ਕਜੇੜੀ ਵਾਲਾ ਗਿੰਦਾ ਜਿੱਥੇ ਮੇਰੀ ਆਵਾਜ਼ ਸੁਣਦਾ ਹੈ ਉਹ ਕਰਮੇ ਸੰਧੂ ਨਾਲ ਸੰਪਰਕ ਬਣਾਵੇ। ਕਜੇੜੀ ਵਾਲਾ ਗਿੰਦਾ ਜਿੱਥੇ ਵੀ ਮੇਰੀ ਆਵਾਜ਼ ਸੁਣਦਾ ਉਹ ਕਰਮੇ ਸੰਧੂ ਪ੍ਰਧਾਨ ਹੋਣਾਂ ਨਾਲ ਸੰਪਰਕ ਬਣਾਵੇ। ਉਧਰ ਹਰਿਆਣੇ ਵਾਲਾ ਵੇਖੋ ਇਸਮੇ ਮੈਦਾਨ ਦੇ ਵਿੱਚ ਜਿਸ ਨੌਜਵਾਨ ਨੇ ਧਾਵਾ ਬੋਲਿਆ ਹੋਇਆ ਹੈ। ਉਧਰ ਰੀਕੂ ਠੇਕੇਦਾਰ ਝੰਝੇੜੀ ਅਤੇ ਤਾਰਾ ਰਾਏਪਰੀਆ, ਉਹਨਾਂ ਦਾ ਵੀ ਧੰਨਵਾਦ ਹੈ।
रिंकू ठेकेदार झंडेड़ी वाला साडा वीर चंडीगढ़ दे कहंदे वी सारे ठेकियां रिंकू ठेकेदार कोलो उहनां दा वी बहुत बहुत धन्नवाद है। उधर तारा रायपुरिया ते जसमिंदर मिंटू बलविंदर सिंह बिंदा मान प्रॉपर्टी बणाउंगी एक मान गिल एक मान प्रॉपर्टी। इधर दलविंदर पहलवान ने यह कहंदे वी सैक्टर 83 मनाली पिंड दा खिडारी है और जिस नौजवान दे नगर दे विच सरदार जोरा सिंह जी बैद बन कहंदे बहुत वड्डा जिहड़ा खेड मिला है वह 23-24-25 तरीक न मनाली पिंड 83 सैक्टर जिथे 24 तरीक न पिंडवार के मैच होने हैं 25 तरीक न जिहड़े नॉर्थ इंडिया कबड्डी फैडरेशन के मैच होने आप सारे ने नोट करना 25 तरीक नॉर्थ इंडिया कबड्डी फैडरेशन पिंड मनाली दे विच चोटी दे भिड़ होणगे। उधर कहिंदे वेखो सामने नरेश यह हरियाणे की पुलिस के भर्ती है यह नरेश हरियाणे वाला जिस नौजवान ने कबड्डी पाई हुई है। इधर कहिंदे वेखो सामने बलौंगी वाला प्रगट लंबरदार तलोचन सिंह मान का पोतरा है यह लंबरदार तलोचन सिंह मान का पोतरा है गुरदीप सिंह जी प्रागपुर यूएसए वाले और नाल ही कहिंदे भी जापानी पड़ौल एक ट्रैक्टर स्पॉन्सर किया हो वीर ने इन्हों का भी धन्यवाद है जिन्होंने एक ट्रैक्टर स्पॉन्सर किया हो भाई केवल का धन्यवाद है। दर्शक वीर बेनती है भी भाई जी बैठ जाओ मेला खराब हो जू मेला खराब हो जू बेनती है सरपंच साहब बाउंसर लगा दो उत्थे यह अगले बारी गए टुट जाने पिछले रिक्त दे पर इन्होंने टुट जाना ध्यान दो यह तार दे विच भी करंट है दर्शक वीरो ध्यान दो तार दे विच करंट है इधर बाउंसर लगा दो करमे अगले बारी गए उखड़ सकते हैं पर पिछले नहीं उखड़ते इस करके इन्हों जरूर बिठा दो। बात चोटी का मैच है जिस मैच का आनंद माणी जा रहे हैं लो मनाली वाला बब्बी उधर तारा रायपुरिया ने ऐलान किया है भी जेकर प्रगट जफा लाउंदा तां 500 रुपया तारा सिद्धू रायपुरिया सेमा ठेकेदार उन्हां वल्लों 500 रुपए दे मानसमान होणगे जेकर मनाली वाला कहिंदे वी प्रगट जफा लाउंदा है। इधर गोगी कहिंदे वेखो असमें दीप रिया ते दूजे पासे दीप लो गोगी ते दीप मुकाबला दीप दे दरमियान है दाओ नौजवान लो वेखो सामने नजारा नजारा वखरा है मार दो तारियां मार दो तारियां दस प्रियो यह हरियाणे वाला दीप जिस नौजवान ने गोगी नू रोकण दा पूरा यतन किया होया है लो 30 सैकंड रुके है ते हरियाणे वाला दीप बात ही खूबसूरत अंकड़े दा वादा अपनी टीम दे से करदा होया चल नरेश से ताफर कबड्डी हरियाणे दी पुलिस दे विच भर्ती है नौजवान हरियाणे वाला नरेश जो नौजवान हुण कबड्डी पाउणी वधिया होई है। एक पासे जानी बड़वाली वाला दलजीत कहंदे वी टोरंटो दे विच बहुत तकड़ा खेडिया है श्रोमणी कमेटी की टीम लई 2012 दे विच टोरंटो दे कबड्डी कपां ते धुम्मा बाण वाला खिडारी लो दलजीत ते नरेश एक श्रोमणी कमेटी वाला दूजा पुलिस वाला लो बल्ले 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 ए हट पिछे हट पिछे हट पिछे हट पिछे हट पिछे नौजवाना स्वाद आ गया स्वाद आ गया 500 रुपया गुरिंदर बिल्लू वालों 500 रुपया 500 रुपया रानी माजरे वाला तेजी 500 रुपया उधर गुरजीत मनाने वाला भी पुज गया है उन्हों का भी धन्यवाद है। बेनती है दर्शक वीर भी बैठ के वह चंडीगढ़ की पुलिस ने बेनती है प्रेम इंजार साहब संधो 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 नहीं रिसा हट पिछे ना होगी बल्ले 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 होगी नहीं रिसा मां दे बलि पुत्रिया राणी माजरिया तेजी कहंदा भी राणी माजरी दे कबड्डियां बहनगियां देख ला भी 2.25 करोड़ का किला है राणी माजरे का और तेजी कहंदा भी राणी माजरे का कबड्डी कप भी बड़ी जल्द तरीका जी ऐलान हो जाएगियां राणी माजरे के खेड मिले दिया तरीका लाओ अगली कबड्डी वेखो हरियाणे वाले नौजवान चढ़दी जबरेस का खिडारी मैदान कबड्डी पाउणी वधिया होया